ਹੈਲੋ एवरीवन 635 ETT ਜਿਹੜੀਆਂ ਪੋਸਟਾਂ ਸੀ ਤੇ ਜੇਲ ਦੇ ਵਿਭਾਗ ਚ ਵੀ ਜਿਹੜੀਆਂ ਪੋਸਟਾਂ ਸੀ ਤਾਂ ਉਹਦੀ ਜਿਹੜੀ ਅਨਸਰ ਕੀ ਹੈ ਉਹ ਅਪਲੋਡ ਕਰ ਦਿੱਤੀ ਗਈ ਹੈ ਤੇ ਤੁਸੀਂ ਆਫੀਸ਼ੀਅਲ ਜਿਹੜੀ ਅਨਸਰ ਕੀ ਹੈ ਉਹ ਚੈੱਕ ਕਰ ਸਕਦੇ ਹੋ ਦੇਖੋ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਭਾਗ ਵਿੱਚ 635 ETT ਅਤੇ 22 ETT ਜੇਲੂ ਭਾਗ ਦੀਆਂ ਸਾਮੀਆਂ ਭਰਤੀ ਵਿਗਿਆਪਨ ਦਿੱਤਾ ਗਿਆ ਸੀ ਤੇ ਇਹਨਾਂ ਪੇਪਰ 16/10 ਨੂੰ ਲਿਆ ਗਿਆ ਸੀ ਤੇ ਜਿਹੜੀ ਲਿਖਤੀ ਟੈਸਟ ਦਾ ਸਬਮਿਟ ਅਨਸਰ ਕੀ ਹੈ ਉਹ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ਤਾਂ ਜੇ ਕੋਈ ਓਬਜੈਕਸ਼ਨ ਹੈ ਤਾਂ 50 ਰੁਪਏ ਜਿਹੜੇ ਆ ਉਹ ਫੀਸ ਦੇ ਕੇ ਤੁਸੀਂ ਜਿਹੜੀ ਓਬਜੈਕਸ਼ਨ ਹੈ ਉਹ ਫਿਲ ਕਰ ਸਕਦੇ ਹੋ ਤਾਂ ਫਿਲ ਕਰਨ ਦੀ ਜਿਹੜੀ ਲਾਸਟ ਡੇਟ ਹੈ ਉਹ 23 10 21 ਹੈ ਠੀਕ ਹੈ ਤਾਂ ਤੁਸੀਂ ਆਪਣੀ ਜਿਹੜੀ ਅਨਸਰ ਕੀ ਹੈ ਉਹ ਚੈੱਕ ਕਰ ਸਕਦੇ ਹੋ ਅਨਸਰ ਕੀ ਜਿਹੜੀ ਉਹ ਅਪਲੋਡ ਹੋ ਚੁੱਕੀ ਹੈ